ਪੰਜਾਬ ਸਰਕਾਰ ਵੱਲੋਂ ਬਠਿੰਡਾ 'ਚ ਖੋਲ੍ਹੇ ਗਏ 724 ਦੇ ਕਰੀਬ ਸੇਵਾ ਕੇਂਦਰ ਬੰਦ ਕਰਨ ਦਾ ਐਲਾਨ ਕਰ ਚੁੱਕੀ ਹੈ, ਜਿਸ ਦੇ ਚੱਲਦਿਆਂ ਬਠਿੰਡਾ ਦੇ ਪਿੰਡ ਮਾਨਵਾਲਾ 'ਚ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਸ ਫੈਸਲੇ ਨਾਲ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਵਾਧਾ ਹੋਵੇਗਾ, ਉੱਥੇ ਹੀ ਜੋ ਲੋਕਾਂ ਨੂੰ ਰੋਜ਼ਗਾਰ ਮਿਲਿਆ ਸੀ ਉਸ ਨੂੰ ਵੀ ਸਰਕਾਰ ਨੇ ਖੋਲ੍ਹਿਆ। ਇਹ ਸਰਕਾਰ ਦਾ ਬਹੁਤ ਮਾੜਾ ਕਦਮ ਚੁੱਕਿਆ ਜੀ ਸਰਕਾਰ ਨੇ। ਸਾਨੂੰ ਬਹੁਤ ਚਿਰ ਤੋਂ ਭਾਲ ਤੋਂ ਬਾਅਦ ਸਾਨੂੰ ਮਸਾ ਇਹ ਨੌਕਰੀ ਨਸੀਬ ਹੋਈ ਸੀ। ਕਿੰਨੇ ਟਾਈਮ ਤੋਂ ਕੰਮ ਕਰ ਰਹੇ ਤੁਸੀਂ ਇੱਥੇ? 5 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਜੀ। ਸਾਨੂੰ ਤਕਰੀਬਨ 4 ਮਹੀਨੇ ਦੀ ਤਨਖਾਹ ਅਜੇ ਤੱਕ ਮਿਲੀ ਨਹੀਂ ਜੀ। ਕਿੰਨੀ ਤਨਖਾਹ ਜੀ ਤੁਹਾਡੀ? 8700 ਕੁਛ ਰੁਪਏ ਤਨਖਾਹ ਹੁੰਦੀ ਹੈ ਜੀ। ਜੁਆਇਨਿੰਗ ਲੈਟਰ ਦੇ ਹਿਸਾਬ ਨਾਲ ਸਾਨੂੰ 11000 ਕੁਛ ਰੁਪਏ ਆਉਣੇ ਸੀਗੇ ਜੀ, ਪਰ ਸਾਨੂੰ ਅਕਾਊਂਟ 'ਚ ਸਿਰਫ 8700 ਕੁਛ ਰੁਪਏ ਆਉਂਦੇ ਹੈ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ? ਪਿੰਡ ਜਗਾਰਾਮ ਤੀਰਥ ਹੈ ਜੀ, ਮੇਰਾ ਪਿੰਡ ਇੱਥੋਂ 30 ਕਿਲੋਮੀਟਰ ਕਰੀਬ ਹੈ ਜੀ। ਫਿਰ ਤਾਂ ਤੁਹਾਡਾ ਪੈਟਰੋਲ ਵੀ ਖਰਚ ਹੋ ਜਾਂਦਾ? ਹਾਂ ਜੀ, ਸਾਡਾ ਡੇਲੀ ਦਾ 100 ਰੁਪਏ ਦਾ ਪੈਟਰੋਲ ਮਚ ਜਾਂਦਾ ਜੀ। ਫਿਰ ਤਾਂ ਮਤਲਬ ਤੁਸੀਂ ਫ੍ਰੀ ਵਾਂਗੂ ਹੀ ਅੱਗੇ ਸੇਵਾ ਕਰ ਰਹੇ ਸੀ? 4 ਮਹੀਨੇ ਤੋਂ ਅਸੀਂ ਫ੍ਰੀ ਵਾਂਗੂ ਸੇਵਾ ਕਰ ਰਹੇ ਹਾਂ ਜੀ। ਪੰਜਾਬ ਸਰਕਾਰ ਦਾ ਇਹ ਬਹੁਤ ਹੀ ਮਤਲਬ ਮੰਦਭਾਗੀ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਇੱਕ ਬੜਾ ਵਧੀਆ ਉਪਰਾਲਾ ਸੀ ਕਿ ਸੇਵਾ ਕੇਂਦਰ ਚੱਲ ਰਹੇ ਸੀ, ਕਿ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਵਿੱਚੋਂ ਹੀ ਜਿਹੜੀਆਂ ਮਤਲਬ ਉਹਨਾਂ ਦੇ ਛੋਟੇ ਮੋਟੇ ਕੰਮ ਸੀ, ਲਗਭਗ 95-96 ਪ੍ਰਕਾਰ ਦੀਆਂ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਪਿੰਡ ਵਿੱਚ ਬੈਠਿਆਂ ਨੂੰ ਮਿਲ ਰਹੀਆਂ ਸੀ। ਬਾਕੀ ਰੁਜ਼ਗਾਰ ਜਿਹੜਾ ਲੋਕਾਂ ਨੂੰ ਮਿਲਿਆ ਸੀ ਉਹ ਤਾਂ ਅਲੱਗ ਇਸ਼ੂ ਹੈ, ਤਾਂ ਪਿੰਡ ਦੇ ਲੋਕ ਇੱਥੇ ਆ ਕੇ ਆਸਾਨੀ ਨਾਲ ਆਪਦਾ ਕੰਮ ਧੰਦਾ ਜਿਹੜਾ ਛੋਟੇ ਮੋਟੇ ਕਾਗਜ਼ ਪੱਤਰਾਂ ਦਾ ਕੰਮ ਸੀ ਕਰਾ ਲੈਂਦੇ ਸੀ। ਤਾਂ ਪੰਜਾਬ ਸਰਕਾਰ ਨੇ ਜਿਹੜੀ ਗੱਲ ਸ਼ੁਰੂ ਦੇ ਵਿੱਚ ਕੀਤੀ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਬਣ ਗਈ ਅਸੀਂ ਮੰਨ ਕੇ ਚੱਲੋ ਵੀ ਘਰ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵਾਂਗੇ, ਇਸ ਮਤਲਬ ਬੰਦ ਕਰਨ ਦੇ ਨਾਲ ਅੱਜ ਮਤਲਬ ਕਿੰਨੇ ਹੀ ਨੌਜਵਾਨ ਜਿਹੜੇ ਮਤਲਬ ਕਿ ਚਾਈ ਚਾਈ ਨੌਕਰੀ ਦੇ ਆਉਂਦੇ ਸੀ ਉਹਨਾਂ ਨੂੰ ਨੌਕਰੀ ਮਿਲੀ ਸੀ, ਕਿੰਨੇ ਹੀ ਨੌਜਵਾਨ ਜਿਹੜੇ ਅੱਜ ਬੇਰੁਜ਼ਗਾਰ ਹੋ ਗਿਆ, ਇਹਨਾਂ ਨੂੰ ਤਾਲਾ ਲੱਗ ਚੁੱਕਾ, ਕਿੰਨੇ ਲੋਕਾਂ ਨੇ ਜਿਨ੍ਹਾਂ ਨੇ ਕੰਮ ਆਸਾਨੀ ਨਾਲ ਇੱਥੇ ਆ ਕੇ ਕਰਾ ਲੈਂਦੇ ਸੀ ਉਹਨਾਂ ਨੂੰ ਵੀ ਹੁਣ ਸ਼ਹਿਰਾਂ 'ਚ ਜਾ ਕੇ ਮਤਲਬ ਜਿੱਥੇ ਕਿਤੇ ਕੋਈ ਮਤਲਬ ਤਲਵੰਡੀ ਸਾਬੋ ਜਾਂ ਰਾਮਨ ਮੰਡੀ ਜਾ ਕੇ ਉਹਨਾਂ ਨੂੰ ਆਪਣੇ ਕੰਮ ਕਰਾਉਣੇ ਪੈਣੇ ਆ, ਉਹਨਾਂ ਦਾ ਟੋਟਲੀ ਫੇਲੀਅਰ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਵਾਅਦੇ ਕਰਕੇ ਲੋਕਾਂ ਨਾਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਮਤਲਬ ਸਰਕਾਰ ਜਿਹੜੀ ਬਣਾਈ ਸੀ, ਤਾਂ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਚਾਹੀਦਾ ਸੀ। ਉਹਨਾਂ ਨੇ ਬਹੁਤ ਹੀ ਇਹ ਜਿਹੜੀ ਮੰਦਭਾਗੀ ਗੱਲ ਕੀਤੀ ਹੈ, ਸੇਵਾ ਕੇਂਦਰ ਬੰਦ ਕੀਤੇ ਨੇ, ਪੰਜਾਬ ਦੇ ਵਿੱਚ ਸਕੂਲ ਕਿੰਨੇ ਬੰਦ ਕਰ ਦਿੱਤੇ ਗਏ ਨੇ, ਉਹਨਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਰੁਜ਼ਗਾਰ ਜਿਨ੍ਹਾਂ ਕੋਲ ਸੀਗਾ ਉਹਨਾਂ ਦਾ ਰੁਜ਼ਗਾਰ ਵੀ ਗਿਆ।